ਸਸਿਗਲ ਜੀ ਮੈਂ ਡਾਕਟਰ ਸੁਵੈਮਾਨ ਸਿੰਘ ਰੋਡ ਟੂ ਮੈਡੀਸਨ ਅੱਜ ਥੋੜਾ ਜਿਹਾ ਡਿਫਰੈਂਟ ਆ ਕਿਉਂਕਿ ਨਵਾਂ ਸ਼ੋਅ ਅਸੀਂ ਤੁਹਾਡੇ ਲਈ ਇੰਟਰਡਿਊਸ ਕਰ ਲੱਗੇ ਆ ਟਿਕਰੀ ਬਾਰਡਰ ਤੋਂ ਰੈਵੋਲੂਸ਼ਨਰੀ ਰੋਡ ਲੈਕਚਰ ਸੀਰੀਜ਼ ਗੱਲ ਕਿਦਾਂ ਹੋਈ ਆ ਕਿ ਜਦੋਂ ਤੁਹਾਨੂੰ ਪਤਾ ਇਹ 26 ਜਨਵਰੀ ਨੂੰ ਜੋ ਹਾਦਸਾ ਹੋਇਆ ਜੋ ਕਿੱਸਾ ਵਰਤਿਆ ਤੇ ਸਾਨੂੰ ਸਾਰਿਆਂ ਨੂੰ ਪਤਾ ਕਿਤੇ ਨਾ ਕਿਤੇ ਜਰਨਲਿਜ਼ਮ ਇਸ ਵੇਲੇ ਫੇਲ ਹੋ ਗਿਆ ਜਿਹੜੇ ਜਰਨਲਿਸਟ ਆ ਉਹ ਕਿਤੇ ਨਾ ਕਿਤੇ ਵੇਖ ਗਏ ਆ ਜਾਂ ਉਹਨਾਂ ਦਾ ਜਮੀਰ ਮਰ ਗਿਆ ਸੋ ਅਸੀਂ ਸੋਚਿਆ ਯਾਰ ਅਸੀਂ ਵੀ ਕਰ ਹੀ ਸਕਦੇ ਆ ਜੇ ਸਾਡੀ ਆਵਾਜ਼ ਬਾਹਰ ਤੱਕ ਨਹੀਂ ਜਾਂਦੀ ਤੇ ਕਿਉਂ ਨਾ ਆਪਾਂ ਆਪਣੀ ਆਵਾਜ਼ ਨੂੰ ਆ ਮੀਡੀਅਮ ਦੇ ਥਰੂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰੀ ਜਿਨ੍ਹਾਂ ਨੂੰ ਆਪਾਂ ਸੁਣਾਉਣਾ ਚਾਹੁੰਦੇ ਆ ਸੋ ਇਹ ਬੇਸਿਕ ਕਨਸੈਪਟ ਇਸ ਸ਼ੋ ਦਾ ਇਹ ਹੋਗਾ ਕਿ ਜਿਨੇ ਵੀ ਆਪਣੇ ਪੀ ਐਚ ਡੀ ਸਕਾਲਰਜ਼ ਆ ਪ੍ਰੋਫੈਸਰਜ਼ ਆ ਡਾਕਟਰਜ਼ ਆ ਹੋਰ ਮੀਡੀਅਮ ਦੇ ਵਿੱਚ ਮੇਬੀ ਪੜ੍ਹਾਈ ਵੱਲੋਂ ਘੱਟ ਪੜਿਓਣ ਪਰ ਜਿਹੜਾ ਉਹਨਾਂ ਦਾ ਪ੍ਰੈਕਟੀਕਲ ਨੋਲੇਜ ਜ਼ਿਆਦਾ ਹੋਵੇ ਭਾਵੇਂ ਉਹ এনवायरमेंट ਦੇ ਪ੍ਰਤੀ ਸਪੋਰਟਸ ਦੇ ਪ੍ਰਤੀ ਅ ਫਿਊਚਰ ਕਿਉਂਣਾ ਚਾਹੀਦਾ ਸੀਡਿੰਗ ਦਾ ਕਿੱਦਾਂ ਆਪਣੀ ਆਪਾ ਫਾਰਮਿੰਗ ਨੂੰ ਅੱਗੇ ਲੈ ਕੇ ਜਾ ਸਕਦੇ ਆ ਸੋ ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਇਹ ਸ਼ੋਅ ਕਰ ਰਹੇ ਆਂ ਅੱਜ ਦਾ ਪਹਿਲਾ ਐਪੀਸੋਡ ਅ ਇੱਥੇ ਆਪਣੇ ਲਾਇਬ੍ਰੇਰੀ ਵਿੱਚ ਕਰ ਰਹੇ ਆਂ ਪਿੰਡ ਕੈਲੀਫੋਰਨੀਆ ਔਰ ਮੇਰੇ ਨਾਲ ਦੋ ਸਪੈਸ਼ਲ ਗੈਸਟ ਆ ਇੱਕ ਤੇ ਨਵਰੀਤ ਸਿਵਿਆ ਜੀ ਅ ਅਖਰ ਚੈਨਲ ਤੋਂ ਨਾਲ ਪ੍ਰਦੀਪ ਦਲਾਲ ਜੀ ਮੁਸਾਫਿਰ ਤੋਂ ਆ ਮਸਾਫਰ نیوز ਤੋਂ ਸੋ ਇਹਨਾਂ ਦੋਵਾਂ ਨਾਲ ਗੱਲ ਕਰਾਂਗੇ ਜਰਨਲਿਜ਼ਮ ਦੀ ਹੁਣ ਜਰਨਲਿਜ਼ਮ ਦੀ ਗੱਲ ਇਸ ਵੇਲੇ ਬਹੁਤ ਬੰਦੀ ਆ ਕਿਉਂਕਿ ਇੱਕ ਜੇ ਐਸਾ ਮੀਡੀਆਮ ਹੈ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਬਦਨਾਮ ਹੋ ਰਿਹਾ ਉਹ ਆ ਜਰਨਲਿਜ਼ਮ ਸੋ ਇਹਨਾਂ ਨਾਲ ਗੱਲ ਕਰਾਂਗੇ ਇਹ ਮੀਡੀਆਮ ਦੇ ਉੱਪਰ ਪਹਿਲਾਂ ਸਾਹਿਬ ਜੀ ਇਹ ਦੱਸੋ ਕਿ ਜਰਨਲਿਸਟ ਵੇਖ ਕਿਉਂ ਗਿਆ ਜਾਂ ਕਿਉਂ ਤੁਸੀਂ ਦੱਸ ਦਿਓ ਕਿ ਇਹ ਜਿਹੜੀ ਆਵਾਜ਼ ਹੈ ਇਸ ਵੇਲੇ ਜਾਂ ਐ ਤੇ ਜਾਂ ਓ ਆ ਕਿ ਇਹਦਾ ਰੀਜ਼ਨ ਕੀ ਆ ਆ ਜਿਹੜਾ ਮਤਲਬ ਜਰਨਲਿਜ਼ਮ ਨੂੰ ਆਪਾਂ ਕਈ ਪੱਖਾਂ ਤੋਂ ਦੇਖਾਂਗੇ ਇੱਕ ਤਾਂ ਜਿਹੜਾ ਨੈਸ਼ਨਲ মিডিਆ ਜਿਵੇਂ ਉਹ ਤਾਂ ਪਿਓਰ ਜਿਵੇਂ ਮਾਲਕ ਦੀ ਬੋਲੀ ਆ ਉਹ ਉਵੇਂ ਹੀ ਬੋਲ ਰਿਹਾ ਉਹਦੀ ਕੋਈ ਬੋਲੀ ਵੱਖਰੀ ਨਹੀਂ ਹੈਗੀ ਮਤਲਬ ਉੱਥੇ ਐਡੀਟਰ ਦੀ ਵੈਲਿਊ ਆ ਜਿਹੜੀ ਜਾਂ ਕੋਈ ਉਹਨਾਂ ਦਾ ਰਿਪੋਰਟਰ ਆ ਜਿਹੜਾ ਫੀਲਡ 'ਚ ਉਹਦੇ ਹੱਥ 'ਚ ਕੋਈ ਪਾਵਰ ਚਾਹ ਕੇ ਵੀ ਨਹੀਂ ਹੈਗੀ ਉਹਦਾ ਮਾਲਕ ਜੋ ਚਾਹੁੰਦਾ ਉਹ ਕਰਵਾ ਰਿਹਾ ਮਤਲਬ ਉਹ ਉਹ ਚੈਨਲ ਘਟਾ ਤੇ ਉਹ ਫੈਕਟਰੀ ਜ਼ਿਆਦਾ ਉਹਦੇ ਮਾਲਕ ਨੇ ਕਹਿੰਦਾ ਵੀ ਮੈਨੂੰ ਇਹੋ ਜਿਹਾ ਪ੍ਰੋਡਕਟ ਤਿਆਰ ਕਰਕੇ ਦਿਓ ਉਹਦੀ ਇੱਕ ਮਸ਼ੀਨਰੀ ਐ ਤੇ ਉਹੋ ਜਿਹਾ ਪ੍ਰੋਡਕਟ ਤਿਆਰ ਕਰੀ ਜਾਂਦੀ ਐ ਦੂਸਰਾ ਤੁਸੀਂ ਕਹਿਆ ਵੀ ਆ ਇੱਕ ਇਧਰਲੇ ਪਾਸੇ ਤੇ ਉਧਰਲੇ ਪਾਸੇ ਵਾਲਾ ਉਹ ਉਹ ਸਾਨੂੰ ਮਿਲਦਾ ਸੋਸ਼ਲ ਮੀਡੀਆ ਦੇ ਉੱਤੇ ਹਨਾ ਜਦੋਂ ਦਾ ਸੋਸ਼ਲ ਮੀਡੀਆ ਆਇਆ ਇੱਥੇ ਲੋਕ ਆਪਦੀ رائے ਮੁਤਾਬਕ ਦੇਖਦੇ ਆ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹ ਚੁਣ ਲੈਂਦੇ ਆ ਇਹ ਦੋਵੇਂ ਗੱਲਾਂ ਬਸ ਐਆਂ ਆ ਵੀ ਇੱਕ ਲਾਲ ਕਿਸੇ ਨੂੰ ਪਸੰਦਾ ਰੰਗ ਕਿਸੇ ਨੂੰ ਹਰਾ ਪਸੰਦਾ ਜੋ ਵੀ ਜਿੰਨੂੰ ਆ ਉਹ ਉਹਨੂੰ ਚੁਣ ਰਿਹਾਗਾ ਤੇ ਸੋਸ਼ਲ ਮੀਡੀਆ ਚ ਪਾਵਰ ਐਂਡ ਆਫ ਦਿ ਡੇ ਮੈਨੂੰ ਲੱਗਦਾ ਜਾਂ ਇੰਨਾ ਕ ਮੈਂ ਇਹਨੂੰ ਸਮਝਾਗਾ ਜਾਣਿਆ ਇਹਦੇ ਚ ਲੋਕਾਂ ਦੇ ਹੱਥ ਚ ਪਾਵਰ ਆ ਲੋਕ ਜੋ ਦੇਖਣਗੇ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਨੂੰ ਉਹੋ ਜੀ ਵੈਰਾਈਟੀ ਮਿਲ ਹੀ ਜਾਊਗੀ ਮੈਂ ਅਕਸਰ ਕਹਿਣਾ ਹੁੰਨਾ ਵੀ ਇੱਥੇ ਬਿਲਕੁਲ ਜਿਹੜੇ ਗੀਤਕਾਰ ਜਾਂ ਤੁਸੀਂ ਦੇਖ ਲਓ ਵੀ ਗਾਇਕਾਂ ਨੂੰ ਵੀ ਦੇਖ ਲਓ ਬਹੁਤ ਆਮ ਜੇ ਇੱਥੇ ਤਾਂ ਰਮਪ੍ਰੀਤ ਵੀ ਚੱਲਦਾ ਇੱਥੇ ਮਿਸ ਪੂਜਾ ਵੀ ਚੱਲਦੀ ਹੈ ਇੱਥੇ ਨੂਸਰਤ ਵੀ ਚੱਲਦਾ ਮਤਲਬ ਸੋਸ਼ਲ ਮੀਡੀਆ ਇਹੋ ਜੀ ਚੀਜ਼ਾਂ ਜਿੱਥੇ ਹਰ ਕਿਸੇ ਨੂੰ ਆਡੀਅנס ਮਿਲੂਗੀ ਬਸ਼ਰਤੇ ਉਹ ਆਪਦਾ ਜਿਹੜਾ ਕੰਮ ਹੈ ਉਹ ਹਰੇਕ ਆਪਦੇ ਢੰਗ ਦੇ ਨਾਲ ਕਰੇ ਤੇ ਆਡੀਅנס ਜਿਹੜੀ ਉਹ ਸਹੀ ਢੰਗ ਨਾਲ ਚੋਣ ਕਰ ਲੇ ਜੀ ਸੋ ਗੱਲ ਉਹੀ ਹੋਈ ਕਿ ਗੁਲਾਮੀ ਦੀ ਕਿਤਨਾ ਕਿਤੇ ਆਪਣੀ ਸੋਚ ਗੁਲਾਮ ਬਣ ਗਈ ਸ਼ਾਇਦ ਇੱਕ ਟਾਈਮ ਹੀ ਐਸਾ ਆ ਗਿਆ ਕੀ ਜਿਹੜੇ ਜਰਨਲਿਸਟ ਆ ਉਹ ਵੀ ਹੁਣ ਗੁਲਾਮ ਹੋ ਗਏ ਆਪਣੀ 9 to 5 ਜੌਬ ਤੇ ਆਪਾਂ ਗੁਲਾਮ ਹੋ ਗਏ ਮੈਂ ਅੱਗੇ ਗੱਲ ਕਰਦਾ ਹਾਂ ਇੱਥੇ ਡਾਕਟਰ ਕਿਉਂ ਨਹੀਂ ਆ ਰਹੇ ਇੱਥੇ ਯੰਗ ਲੋਕ ਕਿਉਂ ਨਹੀਂ ਆ ਰਹੇ ਕਿਉਂਕਿ ਆਪਾਂ ਨੂੰ ਜਿਹੜੀ ਪੜ੍ਹਾਈ ਪੜਾਈ ਗਈ ਹੈ ਨਾ ਸਕੂਲਾਂ 'ਚ ਤੁਹਾਨੂੰ ਇਹ ਤੇ ਪੜ੍ਹਾਈ ਪੜ੍ਹਾਤੀ ਆ ਕਿ ਤੁਸੀਂ ਕਿੱਦਾਂ ਡਾਕਟਰ ਬਣ ਸਕਦੇ ਹੋ ਕਿੱਦਾਂ ਤੁਸੀਂ ਜਰਨਲਿਸਟ ਬਣ ਸਕਦੇ ਹੋ ਪਰ ਇਨਸਾਨ ਕਿੱਦਾਂ ਬਨਣਾ ਕਿ ਇਨਸਾਨੀਅਤ ਨੂੰ ਅੱਗੇ ਰੱਖਣਾ ਉਹ ਆਪਾਂ ਕਿਤਨਾ ਕਿਤੇ ਫੇਲ ਹੋ ਗਏ ਆ ਸੋ ਉਹੀ ਗੱਲ ਜਰਨਲਿਜ਼ਮ 'ਚ ਆ ਕਿ ਸ਼ਾਇਦ ਹੋ ਸਕਦਾ ਉਹ ਇੱਕ ਜਰਨਲਿਸਟ ਪਰ ਪਿਓਰ ਤੇ ਜਰਨਲਿਸਟ ਵੀ ਨਾ ਬਣੇ ਉਹ ਜਰਨਲਿਸਟ ਕਹਦਾ ਕਿ ਉਹ ਬਾਈ ਜੀ ਕਿਉਂਕਿ ਜਰਨਲਿਸਟ ਦਾ ਮਤਲਬ ਕੀ ਸੀ ਕਿਤਨਾ ਕਿਤੇ ਕਿ ਜਿਹੜੀ ਤੁਸੀਂ ਜਿਹੜੀ ਨਿਊਜ਼ ਆ ਤੁਸੀਂ ਉਹਨੂੰ ਨਿਊਜ਼ ਨੂੰ ਦੱਸਣਾ ਉਹ ਸਹੀ ਆ ਜਾਂ ਗਲਤ ਆ ਉੱਥੇ ਬੰਦਾ ਸਹੀ ਆ ਜਾਂ ਗਲਤ ਉਹ ਲੋਕਾਂ ਨੇ ਵੇਖਣਾ ਤੂੰ ਤੁਹਾਡੇ ਇਹਦੇ ਵਾਰ ਕੀ ਤੁਹਾਡੀ ਪਹਿਲੀ ਗੱਲ ਹੈ ਨਾ ਜਿਹੜੀ ਜੋ ਤੁਸੀਂ ਸ਼ੁਰੂ ਕਰੀ ਸੀ ਮੈਂ ਉਹਦੇ ਨਾਲ ਕਨੈਕਟ ਵੱਧ ਕਰਿਆ ਕਿਉਂਕਿ ਇਹ ਸੰਘਰਸ਼ ਇਕੱਲਾ ਖੇਤੀ ਦਾ ਵੀ ਨਹੀਂ ਹੈਗਾ ਇਹ ਬੰਦੇ ਦਾ ਮਸ਼ੀਨ ਬਣਨ ਤੋਂ ਇਨਕਾਰ ਹੈ ਬੰਦਾ ਕਹਿੰਦਾ ਮੈਂ 9 ਤੋਂ 5 ਨਹੀਂ ਯਾਰ ਐ ਨਹੀਂ ਸਾਡੇ ਪਿੰਡਾਂ ਦਾ ਤਾਸ ਤਾਸ ਠੀਕ ਆ ਅਸੀਂ ਬਿਲੇ ਤਾਂ ਤਾਸ ਕੁੱਟਾਂਗੇ ਯਾਰ ਕਿਸੇ ਦਾ ਕੀ ਢਿੱਡ ਦੁਖਦਾ ਜਦੋਂ ਅਸੀਂ ਜਾਗਦੇ ਹਾਂ ਉਦੋਂ ਵੀ ਤਾਂ ਸਾਰੀ ਸਾਰੀ ਰਾਤ ਜਾਗਦੇ ਹਾਂ ਜਦੋਂ ਝੋਨੇ ਦੇ ਉੱਤੇ ਦਿਨ ਹੁੰਦੇ ਆਗੇ ਦਿਨੇ ਮੁੰਦਾ ਰੇਖ ਲਿਆਰੀ ਜਾਂਦਾ ਹੁੰਦਾ ਤੇ ਰਾਤ ਨੂੰ ਮੋਟਰਾਂ ਦੀ ਬਾਰੀ ਆ ਜਾਂਦੀ ਆ ਉਦੋਂ ਵੀ ਤਾਂ ਅਸੀਂ ਕੱਟਦੀਆਂ ਨਾ ਸੋ ਚੰਗਾ ਵੀ ਤਾਂ ਅਸੀਂ ਦੇਖਾਂਗੇ ਸੋ ਇਹ ਇਹ ਵੱਡਾ ਹੈਗਾ ਇਹ ਜਿਹੜਾ ਸੰਘਰਸ਼ ਆਪਾਂ ਜਿੱਥੇ ਆਪਾਂ ਬੈਠੇ ਹਾਂ ਨਾ ਇਹ ਇਦੋਂ ਵੱਡਾ ਹੈਗਾ ਤੇ ਜਿਹੜੇ ਲੋਕ 9 ਤੋਂ 5 ਦੇ ਸ਼ਿਕਾਰ ਹੋ ਗਏ ਮਤਲਬ ਉਹ ਸਿਸਟਮ ਦੇ ਸ਼ਿਕਾਰ ਹੋ ਗਏ ਮੈਂ ਨਹੀਂ ਕਹਿੰਦਾ ਜੌਬ ਦੇ ਉਹ ਸਿਸਟਮ 'ਚ ਆ ਗਏ ਉਹਨਾਂ ਨੂੰ ਜੋ ਦਿਖਾਇਆ ਜਾਂਦਾ ਉਹਨਾਂ ਨੂੰ ਦੱਸ ਦਿੱਤਾ ਗਿਆ ਤੁਸੀਂ ਆ ਦੇਖਣਾ ਤੁਸੀਂ ਇੱਥੇ ਰੋਟੀ ਖਾਣੀ ਆ ਤੁਸੀਂ ਇੱਥੇ ਲੀੜੇ ਖਰੀਦ ਲੈਣੇ ਆ ਘਰ ਲੈ ਲੈਣਾ ਮੁੜ ਕੇ 35 ਸਾਲਾਂ ਦੀਆਂ ਕਿਸ਼ਤਾਂ ਲਾਉਂਦੇ ਮਰ ਜਣ ਪਿਓਰ ਮਸ਼ੀਨ ਉਹਨਾਂ ਨੇ ਬਣਾਤਾ ਜਿਹਨੂੰ ਵੀ ਆਹ ਬਣਾ ਕੇ ਧਰਤਾ ਆਪਾਂ ਤਾਂ ਘਰੇ ਮੰਮੀਆਂ ਨਹੀਂ ਕਹਿੰਦੀਆਂ ਸੀ ਬੈਠੇ ਤੇ ਬੰਦੇ ਦਾ ਪੁੱਤ ਬਣ ਕੇ ਜਦੋਂ ਹੁਣੇ ਸ਼ਰਾਰਤਾਂ ਕਰਦੇ ਸੀ ਉਹ ਹੁਣ ਉਹ ਚ ਮਸ਼ੀਨਰੀ ਜਾਂ ਸਿਸਟਮ ਕਹਿੰਦਾ ਬੈਠੋ ਬੰਦੇ ਦਾ ਪੁੱਤ ਬਣ ਕੇ ਉਹ ਭਾਵੇਂ ਮੀਡੀਆ 'ਚ ਵੀ ਆ ਜਿੱਥੇ ਵੀ ਆ ਉਹ ਬੰਦੇ ਘਾਟਾ ਮਸ਼ੀਨਾ ਜ਼ਿਆਦਾ ਉਹ ਸਿਸਟਮ ਦੀ ਆ। ਯਾ ਆਈ ਥਿੰਕ ਇਹ ਗੱਲ ਦੇ ਵਿੱਚ ਕਾਫੀ ਹੱਦ ਤੱਕ ਬਹੁਤ ਸਾਰੇ ਹੀ 담 ਆ ਜੀ ਇਹ ਗੱਲ ਸਹੀ ਆ ਕਿ ਜਿਹੜੇ ਮਸ਼ੀਨਾ ਵਾਂ ਉਹ ਇਸ ਵੇਲੇ ਇੱਥੇ ਨਹੀਂ ਪਹੁੰਚੀਆਂ ਜਿਹੜੇ ਇਨਸਾਨ ਆ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗ ਮਰ ਰਹੇ ਹੋਣ ਤੇ ਤੁਸੀਂ ਉੱਥੇ ਉਹਦੇ ਵਿੱਚ ਆਪਣਾ ਹਿੱਸਾ ਨਾ ਪਾ ਸਕੋ ਉਹਦੇ ਵਿੱਚ ਇਹਦਾ ਮਤਲਬ ਕਿ ਤੁਹਾਡੇ ਨਾਲ ਕੋਈ ਖਰਾਬੀ ਹੈ ਬਾਕੀ ਪ੍ਰਦੀਪ ਜੀ ਨਾਲ ਗੱਲ ਕਰ ਲੈਣੇ ਆ ਪ੍ਰਦੀਪ ਜੀ ਆਪ ਹਰਿਆਣੇ ਸੇ ਹੋ ਆਪਕੀ ਵੀ ਮੈਂ ਬਹੁਤ ਇੱਜ਼ਤ ਕਰਤਾ ਹੂੰ ਜਿ세 ਇਨਕੀ ਕਰਤਾ ਹੂੰ ਕਿਉਂਕਿ ਆਪ ਸੱਚੀ ਬਾਤ ਬੋਲ ਰਹੇ ਹੋ ਆਪ ਯਹਾਂ ਪੇ ਜੋ ਹਮਾਰੇ ਸਾਥ ਵੀ ਜਿ세 26 ਕੋ ਹੂਆ ਇੱਕ ਵੀ ਇੰਡੀਅਨ ਨਿਊਜ਼ ਚੈਨਲ ਨੇ ਹਮਾਰੀ ਬਾਤ ਨਹੀਂ ਕੀਤੀ ਵੈਸੇ ਤੋਂ ਉਹ ਹਿਊਮਨ ਰਾਈਟਸ ਵਾਇਲੇਸ਼ਨ ਥੀ लेकिन लेकिन आप जैसे लोग हैं आपको नहीं डर आता ज आप क्यों ऐसी ये आ, आ, फार्मर्स की जो बात है वो आगे लेके आते तो आपको डर नहीं लगता कि मैं मैं अकेला ना रह जाऊँ सबसे पहले डॉक्टर साहब आप चैनल का और जो आपने शो किया इसके लिए बहुत बहुत धन्यवाद अब आप जो आपने बात की है डर नहीं लगता देखो जो सच्चाई दिखाता है उस पर कहीं ना कहीं प्रेशर तो डालते हैं किसी थ्रू डालते हैं लेकिन जो ज़मीन से जुड़ा हुआ बंदा है जैसे हम हैं मैं आपके चैनल के माध्यम से बताना चाहता हूँ पहले मेरा कोई भी चैनल नहीं था लेकिन जब इन्होंने दिखाना इधर की मीडिया ने ये शुरू किया कि ये तो आतंकवादी है तो खालिस्तानी है तो हमने कहीं ना कहीं दिल पे ठेस लगी तो हमने देखा अब इन्होंने हदें सारी पार कर चुके हैं अपनी तो हमने यूट्यूब पर अपना चैनल बनाया उसके बाद लोगों को सच्चाई तक पहुँचे हम एक एक वीडियो एक एक ट्रॉली एक एक जगह जाके मैंने लोगों से एक बात की और बिल्कुल ऐसे अंदाज में बात की जहाँ तक वो मीडिया नहीं पहुँच पाता वहाँ हम पहुँचे और लोगों को सच्चाई दिखाई और अब घटना में आपको छब्बीस तारीख की बता छब्बीस तारीख की घटना के बाद आपको पता हमारी खापकाई दरदलाल खापका बहुत बड़ा हुआ था उसके बाद उन्होंने कहा सब अपने अपना इसमें सहयोग करो तो मैं 26 तारीख को मेरी तबीयत भी खराब थी लेकिन मैं उस मीटिंग में भी आया था अपने जो चल रही थी उसके बाद हमने निर्णय लिया कि ट्रालिया लगाओ किसी को जाने नहीं देंगे ये बेचारे घबरा गए हैं उसके बाद हुआ ये कि इन में हौसला बढ़ा हमने सवेरे ट्रैक्टर तिरंगा यात्रा निकाली और उसके बाद इनमें बहुत बड़ा उत्साह पैदा हो गया कि ये हमारे साथ दलाल खाप पूरी खड़ी हुई है उसके बाद हम गए संगू बॉर्डर पर वहाँ भी हमने तीन हज़ार ट्रैक्टरों का निकाल दिया काफिला तो उधर भी इन हौसला बढ़ गया सोचते सो लेकिन सर आप तो फिर जर्नलिज्म कम और किसान ज़्यादा हो गए जब आप बात कर रहे हो आप तो फिर जर्नल हाँ, 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 आप तो जर्नलिज्म से हट गए ना फिर तो आप तो नहीं नहीं, उस मुद्दे पर भी आऊँगा मैं उसके बाद मैं आप आप वाली बात पे आ जाता हूँ हम दिखाते हैं जो मैंने बताया परिसर डालते हैं लेकिन डालते रहो सच्चाई दिखाते हैं मन को तसल्ली होती है लोगों तक वो सच्ची बात पहुँचती है इसलिए लोग हमें पसंद करते हैं वो दूसरी मीडिया को क्यों पसंद नहीं करते क्योंकि वो हम जब बचपन में छोटे थे ना डॉक्टर साहब हम एक पे खिलौना ला के देते थे मम्मी पापा डैडी कि बेटा जब हम जिद कर लेते थे तो हम उसको उल्टा कर देते थे और टिक 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 करके उल्टा जा, जाता था और सुलटा कर देते थे तो वो खिलौना आज के दिन मीडिया बन के बैठ गई है ये है सब क्योंकि वो रिमोट वाला बन गई है सच्चाई दिखाने उनकी कहीं ना कहीं आत्मा मर चुकी है सच्चाई वो दिखा नहीं रहे चाहे प्रेशर में नहीं दिखा रहे वो तो सबको पता है पब्लिक ने पता है कि आगे से प्रेशर आया हुआ है तो वो नहीं दिखाएंगे ਉਨ ਗਿਆ ਆਤਮਾ ਮਰ ਚੁੱਕੀ ਮੇਰੇ ਹਿਸਾਬ ਦੇ। ਤਾਂ ਆਪਾਂ ਕੀ ਕਹਿ ਰਹਾ ਹੈ ਸਰ ਜੀ ਕਿਉਂਕਿ ਹੁਣ ਵੇਖੋ ਆਪਾਂ ਵੀ ਕਿਸਾਨਾਂ ਦੇ ਪੁੱਤ ਆ। ਹੁਣ ਆਪਾਂ ਆਪਾਂ ਵੀ ਕਿਤੇ ਨਾ ਕਿਤੇ ਬਾਈਸ ਲੈ ਆਉਣੇ ਆ ਕਿਉਂਕਿ ਜੇ ਕਿਸਾਨ ਆ ਮੇਰਾ ਅਸੀਂ ਕਿਸਾਨ ਆ ਤੇ ਅਸੀਂ ਕਿਸਾਨ ਦੇ ਅੱਖ ਦੀ ਗੱਲ ਕਰ ਰਿਹਾ। ਹੋ ਸਕਦਾ ਜਿਹੜੇ ਲੋਕ ਕਿਸਾਨ ਦੇ ਅੱਖ ਦੀ ਨਹੀਂ ਗੱਲ ਕਰਦੇ ਉਹ ਕਿਸਾਨਾਂ ਦੇ ਪੁੱਤ ਨਹੀਂ ਹੋਣਗੇ। ਨਹੀਂ ਇਹ ਜਿਵੇਂ ਬਾਈ ਜੀ ਨੇ ਕਿਹਾ ਨਾ ਕਿ ਇਹ ਤੁਸੀਂ ਉਹਨਾਂ ਨੂੰ ਕਿਹਾ ਵੀ ਉਹ ਕਿਸਾਨ ਹੋਗੇ। ਯਾਰ ਐਂਡ ਦੇ ਤਾਂ ਜ਼ਮੀਨਾਂ ਬੋਲ ਹੀ ਜਾਣਗੀਆਂ ਸਾਡੇ 'ਚ ਅਸੀਂ ਕਿੰਨਾ ਗਲ ਘਾਈ ਚੱਲਾਂਗੇ ਪਰ ਜਿਹੜੇ ਜਿਹੜੇ ਨਹੀਂ ਕਰ ਰਹੇ ਨਾ ਇਹ ਮੈਟਰ ਨਹੀਂ ਕਰਦਾ ਕਿ ਉਹ ਕਿਸਾਨ ਦੇ ਪੁੱਤ ਨਹੀਂ ਹੈਗੇ ਜਾਂ ਰੋਟੀ ਤਾਂ ਖਾਂਦੇ ਹੋਣਗੇ ਆਪਦੇ ਜਵਾਕਾਂ ਨੂੰ ਉਹਨਾਂ ਨੇ ਕੋਸ਼ ਇਹੋ ਜਿਹਾ ਇਹੋ ਜੀ ਥਾਂ ਤਾਂ ਦੇਣਗੇ ਦੇਣਾ ਚਾਹੁੰਦੇ ਆ ਨਾ ਜਿੱਥੇ ਦੇਸ਼ ਖੁਸ਼ਹਾਲ ਹੋਵੇ ਉਹ ਕਿਹੜਾ ਮਤਲਬ ਕੀ ਸਿਰਜਣਾ ਚਾਹੁੰਦੇ ਆ ਜਿੱਥੇ ਸੋਡੀ 60% ਸਿੱਧੇ ਤੌਰ ਤੇ ਸੋਡੀ ਜਿਹੜੀ ਜਨਸੰਖਿਆ ਉਹ ਖੇਤੀ ਤੇ ਡਿਪੈਂਡ ਆ ਤੇ ਫਿਰ ਵੀ ਤੁਸੀਂ ਮਤਲਬ ਉਥੇ ਖੇਤੀ ਦੇ ਵਿਰੁੱਧ ਕਾਨੂੰਨ ਲਿਆਈ ਜਾਂਦੇ ਹੋ ਉਹ ਸੋਡਾ ਕੀ ਹੈਗਾ ਹੁਣ ਸਰਕਾਰ ਕਹਿੰਦੀ ਹੈ ਵੀ 6% ਹੈਨਾ ਮੀਡੀਆ ਚ ਵੀ ਬਹੁਤ ਰੌਲਾ ਪੈਂਦਾ ਮੈਂ ਵੀ ਇੱਕ ਦੋ ਵਾਰੀ ਟਰਾਈ ਕੀਤਾ ਮੀਡੀਆ ਦੇਖਣ ਦੀ ਮੈਂ ਪੂਰਾ ਨਹੀਂ ਦੇਖ ਸਕਿਆ ਨੈਸ਼ਨਲ ਮੀਡੀਆ ਉਹ ਬੜਾ ਰੌਲਾ ਪਾਉਂਦੇ ਆ ਵੀ ਯਾਰ 6% ਲੋਕਾਂ ਨੂੰ ਹੀ ਇਹ ਸਹੂਲਤ ਮਿਲ ਰਹੀ ਆ 94% ਵੀ ਬਰਾਬਰ ਹੋਣੇ ਚਾਹੀਦੇ ਆ ਨਹੀਂ ਨਹੀਂ ਉਹਨਾਂ ਨੇ ਬਰਾਬਰ ਨਹੀਂ ਕਰਨੇ ਉਹਨਾਂ ਨੇ 6% ਨੂੰ ਡਾਊਨ ਕਰਨਾ ਮੰਨ ਲਓ 6% ਜਿਵੇਂ ਪੀ ਸਾਈਨਾਥ ਦੀ ਇੱਕ ਇੰਟਰਵਿਊ ਦੇਖੀ ਮੈਂ ਉਹ ਕਹਿੰਦਾ ਮੰਨ ਲਓ ਤੁਸੀਂ ਡਾਕਟਰ ਇੱਕ ਏਰੀਆ 'ਚ 6% ਆ ਹਸਪਤਾਲ ਚੰਗੇ ਹੋਣ ਸਰਕਾਰ ਵਾਦਾ ਕਰਕੇ ਆ ਵੀ ਵੀ ਅਸੀਂ ਬਰਾਬਰ ਕਰ ਦਾਂਗੇ ਪਰ ਉਹ 94 ਨੂੰ ਨਾ ਤਾਂ ਚੱਕੇ ਉਹ 26ਾਂ 'ਚੋਂ ਵੀ ਡਾਕਟਰਾਂ ਨੂੰ ਹਟਾ ਦੇ ਵੀ ਯਾਰ ਤੁਸੀਂ ਰਹਿਣ ਦਿਓ ਆਪਦੇ ਘਰੇ ਜਾਓ ਵਲੰਟੀ ਜਿਹੜਾ ਵਲੰਟੀਅਰ ਦੇ ਤੌਰ ਤੇ ਰਿਟਾਇਰਮੈਂਟ ਹੁੰਦੀ ਹੈ ਮੈਨੂੰ ਨਹੀਂ ਪਤਾ ਉਹਨੂੰ ਕੀ ਕਹਿੰਦੇ ਆ ਉਹ ਲੈ ਲਓ ਪੈਨਸ਼ਨ ਲਈ ਚਲੋ ਠੀਕ ਆ ਸੋ ਇਹ ਸਰਕਾਰ ਓਮੀ ਕਰ ਰਹੀ ਆ ਪੰਜਾਬ ਤੇ ਹਰਿਆਣੇ ਕੋਲੇ ਜੇ ਕੋਈ ਸਹੂਲਤ ਅਸੀਂ ਮੰਨਦੇ ਆ ਸੀਗੀ ਵੀ ਵੈਸੇ ਤਾਂ ਜਦੋਂ ਮੁਲਕ ਨਾ ਭੁੱਖਾ ਮਰਦਾ ਸੀ ਪੰਜਾਬ ਤੇ ਹਰਿਆਣੇ ਨੇ ਢਿੱਡ ਭਰਿਆ ਇਹ ਗੱਲ ਨੂੰ ਹੁਣ ਜਿਵੇਂ ਮਰਜ਼ੀ ਮੁਕਰੀ ਜਾਣ ਵੀ ਹੁਣ ਲੋੜ ਨਹੀਂ ਐ ਲੋੜ ਨਹੀਂ ਯਾਰ ਆ ਤਾਂ ਫਿਰ ਅਸੀਂ ਤਾਂ ਪਿੰਡਾਂ ਵਾਲਿਆਂ ਅਸੀਂ ਨਹੀਂ ਜਾਣਦੇ ਵੀ ਗਾਉਂ ਜਾ ਕੱਢ ਕੇ ਬੰਦੇ ਦੇ ਐ ਠੋਕਰ ਮਾਰੂ ਵੀ ਤੂੰ ਦਫਾ ਹੋ ਠੀਕ ਆ ਉਹ ਦੇਖਣਾ ਚਾਹੀਦਾ ਨਾ ਤੇ ਨੈਸ਼ਨਲ ਮੀਡੀਆ 'ਚ ਯਾਰ ਮੀਡੀਆ 'ਚ ਅਸੀਂ ਸੋਚਦੇ ਆਂ ਬੰਦੇ ਅਵੇਅਰ ਹੁੰਦੇ ਆ ਉਹਨਾਂ ਦੇ ਸਿਰ ਮਤਲਬ ਕੱਲਾ ਸਿਰ ਨਹੀਂ ਹੁੰਦਾ ਸਿਰ 'ਚ ਕੁਝ ਦਿਮਾਗ ਵੀ ਹੁੰਦਾ ਉਹ ਇੰਨਾ ਤਾਂ ਸੋਚ ਹੀ ਸਕਦੇ ਆ ਕਿਹਨੂੰ ਨਹੀਂ ਪਤਾ ਤੁਸੀਂ ਐਂ ਦੇਖੋ ਮੀਡੀਆ 'ਚ ਬਾਈ ਜੀ ਵੀ ਹੁਣ ਮੀਡੀਆ 'ਚ ਆਇਆ ਹੈ ਨਾ ਇੱਕ ਏਜੰਸੀ ਆਈ ਖਬਰਾਂ ਦੀ ਮੀਡੀਆ 'ਚ ਬਾਈ ਜੀ 80% ਮੀਡੀਆ ਦੇ ਵਿੱਚੋਂ ਜੌਬਸ ਹੀ ਖਤਮ ਹੋ ਗਈਆਂ ਜਿਹੜੇ ਮੀਡੀਆ ਵਾਲੇ ਉਹ ਜਾਣਦੇ ਆ ਹੁਣ ਮੈਂ ਏਜੰਸੀ ਦਾ ਨਾਂ ਨਹੀਂ ਸਿੱਧਾ ਲੈਣਾ ਪਰ ਇੱਕ ਏਜੰਸੀ ਆਉਂਦੀ ਆ ਤੇ 80% ਮੀਡੀਆ ਦੇ ਜਿੰਨੇ ਉਹਨਾਂ ਨੇ ਰਿਪੋਰਟਰ ਰੱਖੇ ਹੋਏ ਸੀ ਨਾ ਹਰ ਡਿਸਟ੍ਰਿਕਟ ਦੇ ਵਿੱਚ ਪਹਿਲਾਂ ਉਹਨਾਂ ਨੇ ਖਤਮ ਕਰ ਦਿੱਤੇ ਇਹੀ ਕੰਟਰੈਕਟ ਫਾਰਮਿੰਗ ਆ ਜਿਹੜੀ ਮੀਡੀਆ ਨੂੰ ਸਮਝਣੀ ਪਊਗੀ ਅਸੀਂ ਤਾਂ ਹੀ ਕਹਿੰਦੇ ਆ ਵੀ ਉਹ ਸਾਨੂੰ ਵਿਲੇ ਕਰਨ ਨੂੰ ਫਿਰਦੇ ਆ ਕਿ ਮੀਡੀਆ ਵਾਲੇ ਵਿਲੇ ਨਹੀਂ ਹੋਏ న్యూਸ 18 ਨੇ ਉਹ ਨਹੀਂ ਹੈ ਇਹ ਨਿਊਜ਼ 80 ਨਹੀਂ ਹੈਗੀ ਉਹ ਹੋਰ ਆ ਉਹ ਵੱਡੀ ਏਜੰਸੀ ਹੈ ਉਹਦੇ ਬਾਰੇ ਨਹੀਂ ਜਾਣਦੇ ਲੋਕ ਜੇ ਮੈਂ ਨਾ ਲੈ ਵੀ ਦੂੰਗਾ ਤਾਂ ਵੀ ਨਹੀਂ ਹੋ ਕਿਸੇ ਦੇ ਬੱਲੇ ਪੈਣੀ ਹੈ ਨਾ ਕਈ ਗੱਲਾਂ ਜਦੋਂ ਤੁਸੀਂ ਵਿੱਚ ਸਿਸਟਮ ਨੇ ਉਹਦਾ ਨਾਮ ਲੈਣਾ ਇਸ ਲਈ ਫਰਕ ਨਹੀਂ ਪੈਂਦਾ ਬਾਈ ਕਿਉਂਕਿ ਗੱਲ ਤਾਂ ਸਿਸਟਮ ਨੂੰ ਸਮਝਣਾ ਤੁਸੀਂ ਨਾਮ ਨਾ ਕੋਈ ਫਰਕ ਨਹੀਂ ਕੋਈ ਹੋਰ ਨਾਮ ਤੇ ਹੋ ਜੂ ਯਾਰ ਫਿਰ ਕੀ ਹੋ ਜੂਗਾ ਹੈ ਨਾ ਇਹ ਹਰ ਜਗ੍ਹਾ ਤੇ ਕੰਟਰੈਕਟ ਫਾਰਮਿੰਗ ਆ ਤੁਸੀਂ ਗੱਲ ਸਚਤ ਅੰਦੂਲਕਰ ਦੇ ਬੇਟੇ ਦੀ ਉਦਾਹਰਨ ਦਿੱਤੀ ਸੀ ਉਹ ਉਸੇ ਤਰ੍ਹਾਂ ਹੀ ਆ ਸਾਰਾ ਸਿਸਟਮ ਹੈ ਜਿਹੜਾ ਮੀਡੀਆ ਚ ਨਹੀਂ ਗੱਲ ਵੇਖੋ ਕਿਤਨਾ ਕਿਤੇ মিডিਆ ਵਿਕ ਰਿਆ ਵਾ ਬੜੀ ਇਹ ਮਾੜੀ ਚੀਜ਼ ਹੈ ਕਿਉਂਕਿ ਜਦੋਂ মিডিਆ ਹੀ ਇੱਕ ਆਵਾਜ਼ ਹੁੰਦੀ ਆ ਆ ਦੂਜੀ ਗੱਲ ਮੈਂ ਇਹ ਕੱਲ ਰਹਾ ਕਿ ਹੁਣ ਬਾਈ ਉਹਨਾਂ ਦੀ ਮੈਂ ਕਿਉਂ ਰਿਸਪੈਕਟ ਕਰਦਾ ਇਹਨਾਂ ਨੂੰ ਕਿਉਂ ਇੱਥੇ ਲੈ ਕੇ ਆਂਦਾ ਕਿਉਂਕਿ ਰਿਸਪੈਕਟ ਆ ਇਹਨਾਂ ਨੇ ਕਲੀਅਰਲੀ ਮੈਨੂੰ ਪਹਿਲੇ ਦਿਨ ਤੋਂ ਕਹਿ ਦਿੱਤਾ ਕਿ ਅੱਜ ਭਾਵੇਂ ਸਾਡੀ ਰੋਟੀ ਜਾਵੇ ਜੇ ਜਾਵੇ ਅਸੀਂ ਕਿਸਾਨ ਆ ਅਸੀਂ ਕਿਸਾਨਾਂ ਦਾ ਹੀ ਵਿਖਾਉਣਾ ਸੋ ਉਹਦੇ ਕਰਕੇ ਇਹਨਾਂ ਦੋਵਾਂ ਨੂੰ ਅੱਜ ਇਹ ਸ਼ੋਅ ਦੇ ਲਈ ਕਿਉਂਕਿ ਇਹਨਾਂ ਦੀ ਸੋਚ ਰੈਵਲੂਸ਼ਨਰੀ ਆ ਇਹਨਾਂ ਨੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਕਿਸਾਨੀ ਨੂੰ ਅੱਗੇ ਰੱਖਿਆ ਆਪਣੇ ਬਜ਼ੁਰਗਾਂ ਨੂੰ ਅੱਗੇ ਰੱਖਿਆ ਬਾਕੀ ਗੱਲ ਸੋਸ਼ਲ ਮੀਡੀਆ ਦੀ ਆ ਹੁਣ ਜਿੱਥੇ ਟੀਵੀ ਚੈਨਲ ਸੌਂਗੇ ਜਿੱਥੇ ਟੀਵੀ ਮੀਡੀਆ ਸੌਂਗਿਆ ਉੱਥੇ ਬੜੀ ਲੋਡ ਸੀ ਇਹਨਾਂ ਦੀ YouTube ਚੈਨਲਾਂ ਦੀ ਜਿਹੜੇ ਲੋਕ ਫੈਲੇ ਆ ਕਿ ਉਹ ਵੀ ਸਾਡੀ ਆਵਾਜ਼ ਇੱਥੋਂ ਕਿਉਂਕਿ ਇਹਨਾਂ ਨੇ ਸਾਡੀ ਆਵਾਜ਼ ਚੁੱਕੀ ਆ ਸੋ ਜਰਨਲਿਜ਼ਮ ਲਈ ਅ ਅਸੀਂ ਥੈਂਕ ਯੂ ਕਰਦੇ ਆ ਇਹੋ ਜੇ ਵੀਰਾਂ ਦਾ ਕਿਉਂਕਿ ਇਹਨਾਂ ਕਰਕੇ ਹੀ ਜਿਹੜੀ ਆਵਾਜ਼ ਬਹੁਤ ਤੱਕ ਦੂਰ ਤੱਕ ਜਾਂਦੀ ਔਰ ਜਿੱਦਾਂ ਵੀਰ ਨੇ ਮੈਸੇਜ ਕੀਤਾ ਕਿ ਜਦੋਂ ਤੁਸੀਂ YouTube ਵੇਖਦੇ ਜੋ Instagram ਵੇਖਦੇ ਜਦੋਂ ਤੁਸੀਂ ਕੋਈ ਚੀਜ਼ ਨੂੰ ਲਾਈਕ ਹਿੱਟ ਕਰਦੇ ਜੋ ਜਾਂ ਉਹਨੂੰ ਵਿਊ ਕਰਦੇ ਜੋ ਬਹੁਤ ਕੇਅਰਫੁਲੀ ਵੇਖੋ ਕਿ ਜਿੰਨੀ ਜਿਹੜੀ ਚੀਜ਼ ਤੁਸੀਂ ਵਿਊ ਕਰ ਰਹੇ ਹੋ ਨਾ ਉਹਦੇ ਹਿੱਟਸ ਉੱਪਰ ਆ ਜਾਂਦੇ ਆ ਉਹ ਚੀਜ਼ ਫਿਰ ਜਾਦੇ ਲੋਕਾਂ ਤੱਕ ਪਹੁੰਚਦੀ ਆ ਚੰਗੀ ਚੀਜ਼ ਵੇਖੋ ਜਿਹੜੀ ਚੀਜ਼ ਮਾੜੀ ਆ ਜਿਹੜੀ ਚੀਜ਼ ਕਹ ਲਓ ਕਿ ਕਿਸੇ ਦਾ ਗੰਦਾ ਬਿਆਨ ਆ ਉਹਨੂੰ ਵੇਖਣ ਦੀ ਕੋਸ਼ਿਸ਼ ਕਰੋਗੇ ਉਹਨੂੰ ਵੇਖੋ ਨਾ ਜੇ ਤੁਸੀਂ ਵੇਖ ਵੀ ਲੈਂਦੇ ਜੋ ਟਰਾਈ ਕਰੋ ਉਹਨੂੰ ਲਾਈਕ ਨਾ ਕਰੋ ਉਹ ਚੀਜ਼ ਨੂੰ ਪ੍ਰਮੋਟ ਨਾ ਕਰੋ ਸੋ ਚਲੋ ਆਪਾਂ ਇਹ ਗੱਲਬਾਤ ਜਾਰੀ ਰੱਖਾਂਗੇ ਲੈ ਲਈਏ ਛੋਟੀ ਜਿਹੀ ਬ੍ਰੇਕ वेलकम बैक जी सो ਗੱਲਬਾਤ ਸ਼ੁਰੂ ਕਰਦੇ ਫਿਰ ਪਹਿਲਾਂ ਤਾਂ ਪੰਜਾਬ ਹਰਿਆਣੇ ਦੀ ਗੱਲ ਕਰਦੇ ਆਂ ਵੇਖੋ ਬੜਾ ਮਜ਼ਾਕ ਸਾਡਾ ਹੁੰਦਾ ਸੀ ਐਸਵਾਈਐਲ ਦੇ ਮੁੱਦੇ ਤੇ ਕਿੱਦਾਂ ਸਾਨੂੰ ਪੰਜਾਬ ਨੂੰ ਤੇ ਹਰਿਆਣੇ ਨੂੰ ਲੜਾਇਆ ਤੇ ਹੁਣ ਕੀ ਗੱਲ ਹੋ ਗਈ ਆ ਹੁਣ ਕਿਸੇ ਪੰਜਾਬੀ ਨੂੰ ਪੁੱਛੀਏ ਨਾ ਬਾਈ ਐਸਵਾਈਐਲ ਜਾਂ ਹਰਿਆਣੇ ਵਾਲੇ ਪੁੱਛੀਏ ਐਸਵਾਈਐਲ ਹਰਿਆਣੇ ਵਾਲੇ ਦੇ ਬਾਅਦ ਤੋਂ ਗੱਲ ਕਰਾਂਗੇ ਪੰਜਾਬੀ ਆਂਦੇ ਹਰਿਆਣੇ ਵਾਲੇ ਸਾਨੂੰ ਮੰਗਣ ਸਹੀਂ ਅਸੀਂ ਕਿੱਦਾਂ ਪਾਣੀ ਖੋਲ ਦੇਨੇ ਆ ਸੋ ਗੱਲਬਾਤ ਪ੍ਰਦੀਪ ਜੀ ਆਪ ਦੇਖੋ ਮੈਂ तो इतों अपनी चारदवारी जो मेरे को निकले नहीं जाता आप बाहर जाते हो आप लोगों से मिलते हो अब कैसा माहौल है ये पंजाबी हरियाणा भाईचारा जहाँ राजस्थान के भी लोग यहाँ पे आते हैं आ, यूपी के भी लोग आ रहे हैं दिल्ली से भी आ रहे हैं आपका पंजाब हरियाणा की बात बताइए फिर बाकी भाईचारों की बात बताइए कैसा है ये देखो पंजाब कई जगह तो मैं जाता हूँ ना डॉक्टर साहब वहाँ समझ नहीं पाता कि पंजाब वाले किस तरफ और हरियाणा वाले किस तरफ ऐसा माहौल चल रहा है उधर हरियाणे इधर पंजाब वाले इकट्ठे बैठे हुए कुर्सियों पे और बातें भी कर रहे हैं वो हरियाणवी भी, भी बोल रहे हैं पंजाब हमारे हरियाणवी वाले पंजाबी बोलने की कोशिश कर रहे हैं तो अच्छा लगता है उधर बैठ के और जब जाते हैं ना तो पता हंसी मजाक में पूछ लेते हैं पंजाब वालों से वो हरियाणे वाले बैठे हुए भाई वो जो आस वाइल का उसका क्या करोगे वो बोलते हैं पहले इसको लपेट के यहाँ से जीत के जाएंगे तुम लोग उधर हुक्का भर के बैठना नहर खोद के हम खुद दे देंगे ऐसी हसी मजाक उधर करते हैं बैठे हुए तो जैसे शुरुआत में इन्होंने कोशिश की थी लड़ाने की कि आंदोलन के बीच में एक्स वाई का मुद्दा लेके आए थे तो हरियाणा वाले बोले कि हम पागल हैं क्या जब ज़मीनें ही चली जाएंगी तो उस पानी को लेके क्या हम नहाएंगे या कच्चे धोएंगे ऐसी ऐसी बातें करने लगे थे तो ये देखिए कितनी अच्छी सोच थी मेरे को भी लगा कि यार इतनी अच्छी सोच आई है कि ज़मीनें खुश रही हैं सरकार सोच रही है इनको दो फाड़ फिर से कर दो ये ਇੱਕੱਠੇ ਕਿਉਂ ਹੋ ਗਏ ਦੋ ਭਾਈ ਤੋ ਉਹਨਾਂ ਨੇ ਤਾਂ ਕੋਸ਼ਿਸ਼ ਕਰ ਲਈ ਲੇਕਿਨ ਉਹ ਬੋਲੇ ਹਮੇਂ ਨਹੀਂ ਚਾਹੀਏ ਪਾਣੀ ਵਾਣੀ ਬਾਅਦ ਵਿੱਚ ਦੇਖਾਂਗੇ ਜਦ ਜ਼ਮੀਨ ਹੀ ਚਲੀ ਜਾਣਗੀ ਤਾਂ ਹਮੇਂ ਪਾਣੀ ਦਾ ਕਰਾਂਗੇ ਕਿਆ ਬਹੁਤ achhi soch thi unki so gal bhai ji ne badi vidhi ki thi ki sanu ladawn di koshish divide and rule policy hundi hai ਅਜੇ ਵੀ ਸਿੱਖ ਜੇ ਸਿੱਖਾਂ ਦੀ ਮੈਂ ਗੱਲ ਕਰਾਂ ਪੰਜਾਬੀਆਂ ਦੀ ਗੱਲ ਕਰਾਂ ਸਾਨੂੰ ਵੀ ਡਿਵਾਈਡਰ ਰੂਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਬ੍ਰਿਟਿਸ਼ ਦੀ ਪਾਲਿਸੀ ਆ ਕਿਤੇ ਨਾ ਕਿਤੇ ਇਸ ਦੇਸ਼ ਵਿੱਚ ਕਿਥਾਂ ਤੇ ਲਾਗੂ ਕੀਤੀ ਜਾ ਰਹੀ ਆ ਸਾਨੂੰ ਬਹੁਤ ਕੇਅਰਫੁਲ ਹੋਣਾ ਪਊਗਾ ਮੈਂ ਅਕਸਰ ਜਿੱਦਾਂ ਤੁਹਾਨੂੰ ਗੱਲ ਕਰਦਾ ਹੁੰਨਾ ਕਿ ਯਾਰ ਰੈਲੀਆਂ ਵਿੱਚ ਆ ਝੰਡੇ ਨਾਲ ਉਹ ਆ ਝੰਡੇ ਲਓ ਉਹ ਕਿਉਂ ਆ ਉਹ ਡਿਵਾਈਡਰ ਰੂਲ ਪਾਲਿਸੀ ਆ ਤੁਹਾਨੂੰ ਡਿਵਾਈਡ ਕਰਨ ਦੇ ਝੰਡਿਆਂ ਦੇ ਤੁਹਾਨੂੰ ਡਿਵਾਈਡ ਕੀਤਾ ਜਾ ਰਿਹਾ ਛੰਡਿਆ ਤੇ ਡਿਵਾਈਡ ਕੀਤਾ ਜਾ ਰਿਹਾ ਆਪਾਂ ਪੱਗ ਬੰਨਦੇ ਆ ਜਾਂ ਨਹੀਂ ਬੰਨਦੇ ਉੱਤੇ ਡਿਵਾਈਡ ਕੀਤਾ ਜਾ ਰਿਹਾ ਮੀਟ ਖਾਂਦੇ ਆ ਜਾਂ ਨਹੀਂ ਖਾਂਦੇ ਇਹੋ ਜਿਹੇ ਮੁੱਦਿਆਂ ਤੇ ਸਾਨੂੰ ਡਿਵਾਈਡ ਕੀਤਾ ਜਾ ਰਿਹਾ ਜਿਹੜੇ ਲੋਕ ਤੁਹਾਨੂੰ ਡਿਵਾਈਡ ਕਰ ਰਹੇ ਨਾ ਕਿਤੇ ਕਿਸ ਤਰ੍ਹਾਂ ਕਿਤੇ ਤੁਹਾਡਾ ਪੋਲਿਟਿਕਸ ਖੇਡ ਰਿਹਾ ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਆ ਤੁਹਾਨੂੰ ਤੁਸੀਂ 26 ਨੂੰ ਵੇਖ ਹੀ ਲਿਆ ਕਿਦਾਂ ਸਾਡੇ ਨੂੰ ਸਾਡੇ ਨੂੰ ਇੱਕ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਉਹ ਜਿਹੜਾ ਇਹ ਜਿਹੜਾ ਮਾਹੌਲ ਆ ਉਹਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਕੁਛ ਮਾੜਾ ਨਹੀਂ ਹੋਇਆ ਅੱਗੇ ਸੋ ਜਿਹੜੀ ਗੱਲ ਜਿਹੜੀ ਇਹ ਖੇਡ ਪਹਿਲਾਂ ਪੰਜਾਬ ਹਰਿਆਣੇ ਦੀ ਹੁਣ ਯੂਪ ਤੱਕ ਫੈਲ ਗਈ ਰਾਜਸਥਾਨ ਦੇ ਲੋਕ ਨਾਲ ਆ ਗਏ ਬਾਕੀ ਭਾਈ ਜੀ ਤੁਹਾਡੇ ਤੇ ਵੀ ਇਹ ਕੁਐਸਚਨ ਪੁੱਛਦੇ ਕਿਉਂਕਿ ਤੁਸੀਂ ਤੇ ਰਹਿੰਦੇ ਲੋਕਾਂ ਚੋਂ ਅਸੀਂ ਇੱਥੇ ਚਾਰ ਦੀਵਾਰੀ ਚ ਰਹਿੰਦੇ ਆ ਐਸ ਲਈ ਮਾਹੌਲ ਕੀ ਆਉਣ ਲੋਕਾਂ ਦਾ ਕਹਿਣਾ ਯਾਰ ਲੋਕ ਚੱਲ ਗਏ ਵਾਪਸ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਤੁਸੀਂ ਤੇ ਰਹਿੰਦੇ ਲੋਕਾਂ ਚੋਂ ਟੋਟਲ 16 ਕਿਲੋਮੀਟਰ ਸਟੇਜ ਤੋਂ ਤੁਰ ਕੇ ਪਿੱਛੇ ਤੱਕ ਜਾਂਦੇ ਆ ਅੱਜ ਅਸੀਂ ਗੱਡੀ ਤੇ ਬਕਾਇਦਾ ਲਾ ਕੇ ਮਿਹਣਿਆ 16 ਕਿਲੋਮੀਟਰ ਪਹਿਲਾਂ ਤਾਂ ਇੱਕ ਪਾਸਾ ਸੀ ਹੁਣ ਕਈ ਥਾਵਾਂ ਤੇ ਦੂਜਾ ਪਾਸਾ ਵੀ ਭਰ ਗਿਆ ਬਾਕੀ ਕਈ ਖਾਪ ਆ ਜਿਵੇਂ ਬਾਈ ਨੇ ਦਲਾਲ ਖਾਪ 84 ਇੱਕ ਪਿੱਛੇ ਬੈਠੀ ਆ ਉਹ ਬਿਲਕੁਲ ਇੱਕ ਸਾਈਡ ਦੇ ਉੱਤੇ ਨਾ ਸੜਕ ਤੇ ਨਹੀਂ ਇੱਕ ਸਾਈਡ ਤੇ ਉਹਨਾਂ ਨੂੰ ਕੰਫਰਟੇਬਲ ਜਗ੍ਹਾ ਮਿਲ ਗਈ ਕਿਸੇ ਥਾਂ ਤੇ ਉਹਨਾਂ ਨੇ ਉੱਥੇ ਰੱਖ ਲਿਆ ਇੱਧਰ ਸਰਵਿਸ ਲੇਨ ਸੀਗੀ ਜਿਹੜੀ ਸਰਵਿਸ ਰੋਡ ਸੀ ਇਹ ਪਹਿਲਾਂ ਜਮਾ ਖਾਲੀ ਸੀ ਹੁਣ ਸਰਵਿਸ ਰੋਡ ਤੇ ਵੀ ਆ ਇਕੱਠਾ ਤਾਂ ਬਾਈ ਵਧਿਆ ਜਿੱਥੋਂ ਤੱਕ ਏਕੇ ਦੀ ਗੱਲ ਆ ਮੈਂ ਮੈਂ ਯਾਰ ਇੱਕ ਨਿੱਜੀ ਗੱਲ ਕਰਦਾ ਹਣਾ ਮੈਨੂੰ ਨਹੀਂ ਲੱਗਦਾ ਸੀ ਸਾਰੀ ਜ਼ਿੰਦਗੀ ਹਰਿਆਣੇ ਦਾ ਦੇਣ ਦੇ ਸਕਦੇ ਆ ਬਸ ਜੇ ਧਰਨਾ ਚੱਲ ਰਿਹਾ ਤਾਂ ਹਰਿਆਣਾ ਮਤਲਬ ਮੂਰੇ ਖੜਾ ਆ ਇੱਕ ਕੱਢ ਕੇ ਵੀ ਤਾਂ ਚਲਦਾ ਠੀਕ ਹੈ ਸਪਲਾਈ ਲਾ ਲਓ ਯਾਰ ਪਿੰਡਾਂ ਨੇ ਦੁੱਧ ਪਾਉਣਾ ਬੰਦ ਕਰਤਾ ਮੈਂ ਇੱਕ ਪਿੰਡ ਨੂੰ ਜਾਣਦਾ ਯਾਰ ਜਿੱਥੋਂ ਟਣਾਂ ਦੇ ਹਿਸਾਬ ਦੇ ਨਾਲ ਰੋਜ਼ ਦੁੱਧ ਆਉਂਦਾ ਇੱਥੇ ਹਰਿਆਣੇ ਦੇ ਪਿੰਡ ਆ ਜਿਹੜੇ ਇਹ ਇਸ ਲੈਵਲ ਦਾ ਜਿਹੜੀ ਮੇਰੀ ਜਨਰੇਸ਼ਨ ਹੈ ਡਾਕਟਰ ਸਾਹਿਬ ਅਸੀਂ ਮੇਸ਼ਾ ਇਸ ਉਹਨਾਂ ਸੀ ਪੋਲੀਟਿਸ਼ਨ ਤੋਂ ਵੀ ਹਰਿਆਣਾ ਨਾਲ ਸਾਡਾ ਮਸਲਾ ਹੈ ਹਰਿਆਣਾ ਨਾਲ ਸਾਡਾ ਮੁੱਦਾ ਅਸੀਂ ਸਾਨੂੰ ਵੀ ਲੱਗਣ ਲੱਗ ਗਿਆ ਸੀ ਮੈਂ ਖੁਦ ਸ਼ਿਕਾਰ ਰਿਆ ਮੈਨੂੰ ਵੀ ਲੱਗਦਾ ਸੀ ਵੀ ਹਾਂ ਹਰਿਆਣਾ ਨਾਲ ਯਾਰ ਸਾਡਾ ਪਾਣੀ ਦਾ ਮਸਲਾ ਜਦ ਕਿ ਹਰਿਆਣੇ ਦੇ ਮੇਰੇ ਦੋਸਤ ਬਹੁਤ ਸੀ ਹਨਾ ਪਰ ਲੱਗਦਾ ਸੀ ਕਿ ਹਰ ਰੋ ਰੈਲੀ ਹੋਣੀ ਪਰ ਇਹ ਪਹਿਲੀ ਵਾਰ ਲੱਗਿਆ ਯਾਰ ਸਾਡਾ ਹਰਿਆਣੇ ਨਾਲ ਮਸਲਾ ਨਹੀਂ ਸਾਡਾ ਉਹ ਪੋਲੀਟਿਸ਼ਨ ਦੇ ਨਾਲ ਮਸਲਾ ਯਾਰ ਜਿਹੜਾ ਸਾਨੂੰ ਹੋਰ ਗੱਲਾਂ ਵੱਲ ਸੋਚ ਨਹੀਂ ਨਹੀਂ ਦਿੰਦਾ ਹਰ ਇਲੈਕਸ਼ਨ ਤੇ ਯਾਰ ਪੰਜਾਬ ਚ ਇਸ ਵੇਲੇ ਦਾ ਰੋਲਾ ਸਰਤਾ ਸਾਲ ਹੋ ਗਏ ਨਾ ਉਹ ਜਿੱਤਦੇ ਆ ਨਾ ਅਸੀਂ ਜਿੱਤਦੇ ਆ ਕਦੇ ਕੋਈ ਜਾਂਚ ਖੁੱਲ ਗਈ ਕਦੇ ਕੋਈ ਕਮਿਸ਼ਨ ਬਣ ਗਿਆ ਉਹੀ ਲਜਾਈ ਬੈਠੇ ਸੀ ਗੱਲ ਏਡੀ ਮਸਲਾ ਹੈ ਨਹੀਂ ਸੀ ਮੈਨੂੰ ਹੋਰ ਨਹੀਂ ਕਿਸੇ ਦਾ ਪਤਾ ਮੈਂ ਆਪਦਾ ਕਹਿ ਸਕਦਾ ਵੀ ਮੈਨੂੰ ਇਹ ਲੱਗਦਾ ਵੀ ਯਾਰ ਜੇ ਪਾਣੀ ਦੀ ਬਾਰੀ ਹੈ ਨਾ ਮੇਰੀ ਕੋਈ ਨਹੀਂ ਭਾਵੇਂ ਮੈਨੂੰ ਅੱਧੀ ਰਹਿ ਜੇ ਕੋਈ ਹਰਿਆਣੇ ਚ ਆਪਣਾ ਭਰਾਗਾ ਜਿਹੜਾ ਨੇ ਇੰਨੀ ਮਦਦ ਕਰੀ ਆ ਜੇ ਇਹਨਾਂ ਨੂੰ ਸਹੀ ਉਥੇ ਪੂਰਾ ਕਿਉਂਕਿ ਬਰਾਬਰ ਹੋ ਜਾਏਗਾ ਠੀਕ ਹੈ ਕਿਸੇ ਵੀ ਢੰਗ ਦੇ ਨਾਲ ਕੋਈ ਵੀ ਦੋਨਾਂ ਸਟੇਟਾਂ ਦੇ ਵਿੱਚੋਂ ਮੈਂ ਤਾਂ ਹਾਲਾਂਕਿ ਬਾਕੀਆਂ ਬਾਰੇ ਵੀ ਇਹ ਸੋਚਣਾ ਪਰ ਜਿਹੜੇ ਯਾਰ ਆਏ ਆ ਹੁਣ ਪੂਰੀ ਤਰ੍ਹਾਂ ਸਭ ਤੋਂ ਵੱਧ ਤਾਂ ਮੈਂ ਉਹਨਾਂ ਬਾਰੇ ਸੋਚੂਗਾ ਠੀਕ ਹੈ ਜੜੀਆਂ ਸਟੇਟਾਂ ਨਹੀਂ ਆਈਆਂ ਕਿਉਂ ਨਹੀਂ ਆਈਆਂ ਉਹਨਾਂ ਨੂੰ ਸੋਚਣਾ ਚਾਹੀਦਾ ਪਰ ਆ ਦੋ ਸਟੇਟਾਂ ਜਿਹੜੀਆਂ ਆਈਆਂ ਇਹਨਾਂ ਦਾ ਤਾਂ ਲਾਜਵਾਬ ਆ ਇਹ ਏਕੇ ਨੂੰ ਤੋੜਨ ਦੀ ਹਰਵਾਲ ਆਲੀ 26 ਤੋਂ ਵੱਡਾ ਹਮਲਾ ਨਹੀਂ ਹੋ ਸਕਦਾ ਪਰ ਜੇ ਹੁਣ ਵੀ ਨਹੀਂ ਟੁੱਟੇ ਮੈਨੂੰ ਨਹੀਂ ਲੱਗਦਾ ਕਿਉਂਕਿ ਸਰਕਾਰਾਂ ਨੇ ਇਹੀ ਤਾਂ ਸਿੱਖਣਾ ਵੀ ਐਂਡ ਤੇ ਧਰਮ ਦੇ ਨਾਂ ਤੇ ਤੋੜ ਦੋ ਯਾਰ ਜੇ ਅਸੀਂ ਧਰਮ ਦੇ ਨਾਂ ਤੇ ਵੀ ਨਹੀਂ ਟੁੱਟੇ ਤੇ ਸਰਕਾਰਾਂ ਦੇ ਤਾਂ ਹੋਸ਼ ਛੁੱਡੇ ਪਏ ਆ ਵੀ ਹੁਣ ਕਰਗੇ ਕੀ ਇਹੀ ਤਾਂ ਅੰਤਮ ਹਥਿਆਰ ਹੁੰਦਾ ਉਹਨਾਂ ਕੋਲ ਬੜੀ ਸਹੀ ਗੱਲ ਹੈ ਯਾਰ ਮੈਂ ਅਸੀਂ ਮੈਂ ਆਪ ਡਰਦਾ ਹੁੰਦਾ ਸੀ ਮੈਂ ਕਹਾ ਯਾਰ ਇਹ ਮੈਨੂੰ ਪਤਾ ਸੀ ਇਹ ਮੁੱਦਾ ਇੱਕ ਜਿਹੜਾ 26 ਨੂੰ ਇਹਨਾਂ ਨੇ ਉਠਾਇਆ ਨਾ ਕਿ ਜੇ ਕਿਤਨਾ ਕਿਤੇ ਮਹਮ ਖਰਾਬ ਹੋਣੀ ਆ ਖਤਮ ਹੋਣੀ ਆ ਉਹ ਮੁੱਦੇ ਤੇ ਹੋਣੀ ਆ ਪਰ ਵੇਖ ਲੋ ਕੁਦਰਤ ਦੇ ਖੇਡ ਉਹਨਾਂ ਨੇ ਉਹ ਸਭ ਕੁਝ ਕਰਕੇ ਵੇਖ ਲਿਆ ਪਰ ਤਾਂ ਵੀ ਹੌਸਲੇ ਉਦਾਂ ਹੀ ਬੁਲੰਦ ਆ ਤੇ ਲੋਕ ਜਿਆਦਾ ਜੁੜ ਗਏ ਬਾਈ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਵੀ ਜਰ ਆਪ ਵੀ ਜਰਨਲਿਸਟ ਹੋ ਆਪ ਕੀ ਆਵਾਜ਼ ਤੋਂ ਚਲੋ ਦੁਨੀਆ ਸੁਣਦੀ ਹੈ हम हमारे पास भी मीडियम है लेकिन जो आम लोग होते हैं उनको क्या एडवाइस करोगे कि वो कैसे अपनी आवाज़ आगे रखें क्योंकि हर एक बंदे के पास माइक तो होता नहीं है मैं सबको बोलता हूं कि यार अपने आप में एक आई टी सेल बन जाओ सोशल मीडिया है आपके पास आपका कोई आइडिया है लोगों के लिए कि कैसे वो अपनी आवाज बाहर रख सकते हैं देखो बहुत अच्छा पूछा आपने ये जैसे मैं बताता हूँ कि ये लोग यहाँ जुड़े हुए हैं मान लीजिए आंदोलन तो हम जीत के जाएंगे ऐसा लोग बोल रहे हैं और जीत भी जाएंगे हमें भी विश्वास क्योंकि हम तो ग्राउंड रिपोर्ट पे जाकर रिपोर्टिंग करते हैं उनका जो हौसला और जो जज्बा ना अस्सी बयासी और नब्बे साल तक के बुजुर्गों में वही जोश है आज के दिन कि हम जीत के जाएंगे जीत तो हमारी हो चुकी है अब ये टाइम लगा रहे कितना लगाएँ क्योंकि हर हथगंडा हर षडयंत्र इन्होंने रच के देख लिया धर्म पे जात पे या कुछ भी इन्होंने जो भी किया वो नहीं है लेकिन मेरी ये सोच है जो पंजाब वाले हैं अपना एक व्हाट्सएप पे ग्रुप बनाएं, हर एक जैसे टिकरी बॉर्डर से हर एक ट्रॉली पे हर एक खाप से दस दस बंदे ले उनको एक ग्रुप में ऐड किया जाए ताकि कल ना कभी भी ज़रूरत पड़े कोई भी किसान आंदोलन किया और कोई आंदोलन है या और कोई मुद्दा है उसको एक व्हाट्सअप ग्रुप में ऐड करके सबके पास एक साथ मैसेज छोड़ा जाए कल इधर मीटिंग करनी है इस मुद्दे पे करनी जैसे अभी हमारा अनूप सिंह चाण्डवंत या टिकरी बोर्डर से चला रहे हैं बहुत अच्छा एक एक ट्रॉली का नंबर लेके गए हुए हैं किसी को पानी की ज़रूरत है या किसी को दवा कुछ भी है ऐसा मैं चाह रहा हूँ हरियाणा पंजाब वाले ऐसा करें ये मेरी सोच है ऑर्गेनाइज मतलब कि हमको हमको थोड़ा सा ऑर्गेनाइज ऑर्गेनाइज होना पड़ेगा क्योंकि रिसोर्सेज बड़े वेस्ट हो रहे हैं ऑर्गेनाइजेशंस आपने भी देखा यहाँ पे बहुत ऑर्गेनाइजेश ਕੰਮ ਬੋਰ ਕਰਦੇ ਆ ਪਰ ਕਿਤਰੇ ਕਿਤੇ ਰਿਸੋਰਸਸ ਵੇਸਟ ਹੋ ਰਹੇ ਆ ਮੈਨੂੰ ਐਨਆਰਆਈਸ ਦਾ ਪੁੱਛਦੇ ਆਂ ਹਲ ਕਿੱਦਾਂ ਕਰੀਏ ਮੈਂ ਉਹ ਸਦਾ ਕਹਿਣਾ ਹੁੰਦਾ ਯਾਰ ਪਹਿਲਾਂ ਵੇਖੋ ਜਿਹੜੀ ਆਰਗੇਨਾਈਜੇਸ਼ਨਾਂ ਤੁਹਾਡੇ ਕੋਈ ਆਈਡੀਆ ਹੈ ਹੁਣ ਸਾਡੀ ਵੀ ਆਰਗੇਨਾਈਜੇਸ਼ਨ ਆ ਮੈਂ ਆਪਣੇ ਬਾਰੇ ਕੀ ਮਾੜਾ ਕਹਿਣਾ ਪਰ ਅਸੀਂ ਵੀ ਹੋ ਸਕਦਾ ਗਲਤੀਆਂ ਕਰਦੇ ਹੋਵਾਂਗੇ ਸਾਡੇ ਲਈ ਵੀ ਕੋਈ ਆਈਡੀਆ ਹੋਵੇ ਜਾਂ ਬਾਕੀ ਆਰਗੇਨਾਈਜੇਸ਼ਨ ਨੂੰ ਐਨਆਰਆਈ ਨੂੰ ਪੈਸਾ ਕਿੱਦਾਂ ਦੇਣਾ ਜਾਂ ਕਿੱਦਾਂ ਰਿਸੋਰਸਸ ਦੇਣੇ ਆ ਉਹਦੇ ਉੱਪਰ ਕੋਈ ਆਈਡੀਆ ਜਾਂ ਕੋਈ ਤੁਹਾਡੇ ਵਿਚਾਰ ਮੈਨੂੰ ਤੁਹਾਡੀ ਆਰਗੇਨਾਈਜੇਸ਼ਨ ਵਧੀਆ ਲੱਗਦੀ ਆ ਮੇਰੀ ਇਹ ਸਮੱਸਿਆ ਵੀ ਮੈਂ ਉਹ ਬੰਦੇ ਕੋਲੇ ਬਹਿ ਨਹੀਂ ਸਕਦਾ ਬੜੀ دیر ਜਿਹੜਾ ਮੈਨੂੰ ਪਸੰਦ ਨਾ ਹੋਵੇ ਮੇਰੀ ਇੰਨੀ ਸਮਰੱਥਾ ਨਹੀਂ ਮੈਂ ਸਾਨੂੰ ਮਤ ਦੇਦਾ ਮੈਂ ਗੱਲ ਕਰੂੰਗਾ ਤੁਸੀਂ ਕਹੇ ਸੀ ਵੀ ਮੀਡੀਆ ਚ ਕੀ ਲੋਕਾਂ ਨੂੰ ਮੈਸੇਜ ਦੇਗੇ ਵੀ ਉਹ ਕੀ ਕਰਨ ਮੈਂ ਤਾਂ ਇੰਨਾ ਹੀ ਕਹਿਣਾ ਯਾਰ ਬਾਈ ਤੁਸੀਂ ਗਾਣੇ ਸੁਣ ਲਓ ਜੇ ਤੁਹਾਨੂੰ ਲੱਗਦਾ ਨਾ ਵੀ ਯਾਰ ਸਵਾਦ ਹੀ ਆ ਲੈਣਾ ਗਾਣੇ ਸੁਣੋ ਜਿਹੜਾ ਮਰਜ਼ੀ ਸੁਣ ਲਓ ਚੱਕਮਾ ਸੁਣ ਲਓ ਜੋ ਤੁਹਾਨੂੰ ਪਸੰਦ ਆ ਕਦੇ ਵੀ ਨਿਊਜ਼ ਸਵਾਦ ਲੈਂਡ ਖਤਰ ਨਹੀਂ ਹੁੰਦੀ ਨਿਊਜ਼ ਹਮੇਸ਼ਾ ਇਨਫਾਰਮੇਸ਼ਨ ਦੇ ਲਈ ਹੁੰਦੀ ਆ ਹਮੇਸ਼ਾ ਉਹ ਤੋਂ ਸੇਧ ਲੈਣੀ ਆ ਤੁਸੀਂ ਉੱਥੇ ਘਟੋ ਘਟਣਾ ਤੁਸੀਂ ਬਹੁਤ ਸੋਚ ਸਮਝ ਕੇ ਚੁਣਿਆ ਕਰੋ ਐਵੇਂ ਪੜਕਾਉ ਜੀਆਂ ਗੱਲਾਂ ਕਰਨੀਆਂ ਯਾਰ ਵੀਰ ਇੱਥੇ ਆ ਸਰਕਾਰ ਨੂੰ ਅਸੀਂ ਐ ਮੁੱਦਾ ਪਲਾਂਗੇ ਫਲਾਨਾ ਤੇ ਹਮ ਕਾ ਯਾਰੀ ਗੱਲਾਂ ਚ ਕੋਈ ਤੰਤ ਨਹੀਂ ਵੀਰੇ ਜਿਹੜਾ ਗੱਲ ਦਲੀਲ ਦੀ ਕਰਦਾ ਸਾਨੂੰ ਸਹੀ ਚੀਜ਼ ਦੱਸਦਾ ਵੀ ਯਾਰ ਹਾਂ ਲੋਕ ਇੱਥੇ ਟਿਕੇ ਵਿਆ ਇੱਥੇ ਜਿਹੜੇ ਬੰਦੇ ਆਏ ਆ ਮੈਂ ਕਹਿਣਾ ਉਹਨਾਂ ਨਾਲ ਵੀ ਗੱਲ ਕਰੋ ਤੁਸੀਂ ਤੇ ਮੀਡੀਆ ਵੀ ਉਹ ਚੂਜ਼ ਕਰੋ ਉਹ ਵੀਡੀਓ ਦੇਖੋ ਉਹਨੂੰ ਲਾਈਕ ਕਰੋ ਉਹਨੂੰ ਪ੍ਰਮੋਟ ਕਰੋ ਜਿਹੜੀ ਇਹ ਧਰਨੇ ਦੀ ਚੰਗਿਆਈ ਦੀ ਖਾਤਰ ਆ ਇਹ ਨਹੀਂ ਹੋਰ ਬਹੁਤ ਮੁੱਦੇ ਤੁਸੀਂ ਹੁਣ ਜਿਹੜੇ ਵਿੱਚ ਵੜੀ ਜਾਂਦੇ ਆ ਉਹਨਾਂ ਤੋਂ ਥੋੜਾ ਜਿਹਾ ਪਰੇ ਹੋ ਕਿਉਂਕਿ YouTube ਤੇ Facebook ਮੈਂ ਦੋ માਧਿਮਾਂ ਦੀ ਗੱਲ ਕਰਦਾ ਇਹਨੂੰ ਚਲਾਉਣ ਵਾਲੇ ਕੋਈ ਬੰਦੇ ਨਹੀਂ ਇਸ ਸਮੇਂ ਜਿਹੜੀਆਂ ਮਸ਼ੀਨਾਂ ਉਹ ਇੱਕ ਭਾਸ਼ਾ ਸਮਝਦੀਆਂ ਤੁਹਾਡੇ ਲਾਈਕ ਦੀ ਭਾਸ਼ਾ ਤੁਸੀਂ ਲਾਈਕ ਕਰਤਾ ਤਾਂ ਉਹਨੇ ਤੁਹਾਨੂੰ 100 ਵੀਡੀਓ ਹੋਰ ਉਹੋ ਜੀਆਂ ਸੱਟ ਦੇਣੀਆਂ ਤੁਹਾਡੇ ਮੂਰੇ ਸੋ ਬਹੁਤ ਧਿਆਨ ਨਾਲ ਇੱਕ ਲਾਈਕ ਕਰੋ ਇੱਕ ਵੀਊ ਕਰੋ ਕਿਉਂਕਿ ਉਸੇ ਤਰ੍ਹਾਂ ਦਾ ਆਉਣਾ ਸੋ ਜਿਹੜਾ ਤੁਹਾਨੂੰ ਸਹੀ ਲੱਗਦਾ ਵੀ ਸੋਸਾਇਟੀ ਦੇ ਲਈ ਸਹੀ ਹੈ ਤੁਹਾਡੇ ਬੱਚਿਆਂ ਨੂੰ ਤੁਸੀਂ ਕਿਹੋ ਜਿਹਾ ਮਾਹੌਲ ਦੇਣਾ ਚਾਹੁੰਦੇ ਹੋ ਤੁਸੀਂ ਕੀ ਬੱਚਿਆਂ ਨੂੰ ਕਿਹੋ ਜਿhe ਧਰਨੇ ਤੇ ਭੇਜੋਗੇ ਕਿਹੜੇ ਲੀਡਰ ਹੋਣਗੇ ਉਹਦੇ ਇਹ ਗੱਲ ਦਾ ਖਿਆਲ ਕਰਕੇ ਤੁਸੀਂ ਜ਼ਰੂਰ ਵੀਡੀਓ ਦੇਖਿਆ ਕਰੋ ਧੰਨਵਾਦ ਜੀ ਅਕਸਰ ਇਹ ਗੱਲ ਹੁੰਦੀ ਆ ਜੀ ਆਪਣਾ ਨਾ ਆਪਾਂ ਕਹਿੰਦੇ ਯਾਰ ਉਹ ਗੈਗ ਦੇ ਨਾ ਵਾਲ ਐ ਕਿਉਂ ਆ ਉਹ ਯਾਰ ਉਹ ਨੱਚਦਾ ਨਾਚਾ ਸਟੇਜ ਤੇ ਇਹ ਉਹ ਪਰ YouTube ਤੇ ਆਪ ਹਉਦੀਏ ਵੀਡੀਓ ਵੇਖਦੇ ਹੁੰਦੇ ਆ ਕਾਰ ਚ ਆਪਾ ਹਉਦੇ ਹੀ ਗਾਣੇ ਲਾਏ ਹੁੰਦੇ ਆ ਸੋ ਜੇ ਤੁਸੀਂ ਵਾਕਈ ਕਿਸੇ ਨੂੰ ਸਮਝਦੇ ਹੋ ਕਿ ਇਹ ਮਾੜਾ ਵਾ ਇਹ ਮਾੜੀ ਗੱਲ ਕਰ ਰਿਹਾ ਤੇ ਉਹਨੂੰ ਨਾ ਸੁਣੋ ਕਿਉਂਕਿ ਜਿਦਾ ਬਾਈ ਨੇ ਮੈਂ ਪਹਿਲਾਂ ਵੀ ਕਿਹਾ ਇਹਨਾਂ ਨੇ ਮੈਨੂੰ ਇਹ ਗੱਲ ਦੱਸੀ ਸੀ ਕਿ ਜਦੋਂ ਆਪਾਂ ਲਾਈਕ ਕਰਦੇ ਆ ਕਿ ਜੀਰੋਂ ਆਪਾਂ ਪ੍ਰਮੋਟਰ ਬਣ ਜਾਂਦੇ ਉਹ ਚੀਜ਼ ਦੇ ਸੋ ਪ੍ਰਮੋਟਰ ਨਾ ਬਣੋ ਤੇ ਬਾਕੀ ਆਪ ਬਤਾਈਏ ਜੀ ਜੋ ਰਿਪੋਰਟਰ ਹੈ ਅਭੀ ਸੱਚੀ ਬਾਤ ਨਹੀਂ ਕਰਤੇ उनके लिए आप क्या क्या कहना कि जो मतलब कि अगर कल कोई बच्चे रिपोर्टर बनना चाहे उनके लिए क्या कहना आपका देखो जो अगर कल ना मीडिया की लाइन में या रिपोर्टर बनना चाह रहा है सच दिखाओ और सच पे चलो तो इस लाइन में आने का कोई प्रेशर नहीं किसी का भी किसी तरह का मत झेलो जो तुम्हारी आत्मा बोलती कि मेरे को सच ये दिखाने का है वही दिखाओ जैसे हम लोग दिखा रहे भाई ने बताया मैं इस बात से सहमत हूँ और जो तुम्हें पसंद नहीं आता जैसे ये बड़ी मीडिया है इसको मत देखो मेरी तो सोच है जो ग्राउंड रिपोर्ट दिखा रहा है हकीकत दिखा रहा है जाके उसको पसंद करो और हमारा जो सबसे बड़ी ताकत है वो वही है आप लोग लाइक करो एक कमेंट करो शेयर करो हमारे से भी कुछ हो सकता है इसमें चूक हुई तो उसमें कमेंट में बताओ आपसे ये चूक हो गई है आप आगे इसको सुधारो उससे अच्छा मिलेगा मे भी एक प्लेटफॉर्म जो आगे आएगा अच्छा मिलेगा और आने वाली जो है उसको मैं फिर से ये बोल रहा हूँ हकीकत ज़मीनी हकीकत दिखाओ ਤੋ ਇਸ ਲਾਈਨ ਵਿੱਚ ਆਓ ورنہ ਇਹ ਨਹੀਂ ਕਿ ਆ ਮੈ 35000 ਸੈਲਰੀ ਮਿਲ ਜਾਏਗੀ ਜਾਂ ਹਮਾਰੇ ਕੋ ਇਤਨਾ ਕਮਿਸ਼ਨ ਆ ਜਾਏ ਉਸ ਕੇ ਹਿਸਾਬ સે ਨ ਮੈਂ ਇਸ ਲਾਈਨ ਮ ਆਇਆ ਹੂ ਔਰ ਨਹੀਂ ਮੇਰਾ ਜ਼ਮੀਰ ਇਸ ਬਾਤ ਕੋ ਮਾਨ ਰਹਾ ਇਸ ਲਈ ਮ ਸੱਚਾਈ ਦਿਖਾ ਰਹਾ ਹੂ ਔਰ ਉਹ ਲੋਗੋ ਕੇ ਸਾਹਮਣੇ ਹੈ ਡਾਕਟਰ ਯਾਰ ਮੇਰਾ ਵੀ ਇਹੋ ਹੀ ਕਹਿਣਾ ਯਾਰ ਜੇ ਤੁਸੀਂ ਡਾਕਟਰ ਬਣੇ ਹੋ ਤੇ ਜਦੋਂ ਤੁਸੀਂ ਬਜ਼ੁਰਗ ਹੋ ਜਣਾ ਨਾ bade bzurg vekho ਤੁਸੀਂ depression ਦਾ ਸ਼ਿਕਾਰ ਹੋ ਜਾਂਦੇ ਆ ਔਰ ਕਿਉਂ ਕਿਉਂਕਿ ਸਾਰੀ ਉਮਰ ਕੁਛ ਕਰਦੇ ਰਹਿੰਦੇ ਆ ਫਿਰ ਉਹਨਾਂ ਨੂੰ ਲੱਗਦਾ ਯਾਰ ਸਾਰੀ ਉਮਰ ਪੈਸਾ ਹੀ ਕਮਾਇਆ ਕਿਉਂਕਿ ਜਦੋਂ ਉਹਨਾਂ ਨਾਲ ਕੋਈ ਬੁਲਾਉਂਦਾ ਨਹੀਂ ਉਹਨਾਂ ਨੂੰ ਵੱਡ ਊਮਰ ਚ ਆ ਜਾਣਗੇ ਇਕੱਲੇ ਰਹਿ ਜਾਣਗੇ ਉਹ ਕਿਉਂ ਕਿ ਸਾਰੀ ਉਮਰ ਕੋਈ ਕੰਮ ਹੀ ਐਸਾ ਨਹੀਂ ਕੀਤਾ ਹੁੰਦਾ ਜਿਹੜਾ ਬੰਦਾ ਕੋਈ ਕਵੇ ਯਾਰ ਬੱਲੇ ਬੱਲੇ ਉਹਦੀ ਸੋ ਵੇਖੋ ਜੇ ਤੁਸੀਂ 20 ਆਪਣੇ ਤੁਹਾਡੀ ਉਮਰ 20 ਸਾਲ ਆ 30 ਸਾਲ 40 ਤੱਕ ਕੋਈ ਜੇ ਉਮਰ ਪਈ ਆ ਕੁਝ ਚੰਗਾ ਕਰਨ ਜਾਣ ਦੀ ਸੋ ਜੇ ਤੁਸੀਂ ਜਰਨਲ ਆਪਣਾ ਜਰਨਲਿਸਟ ਹੋ ਇੰਜੀਨੀਅਰ ਹੋ ਡਾਕਟਰ ਹੋ ਯਾਰ ਜ਼ਰੂਰ ਰਾਤ ਨੂੰ ਕੋਈ ਸੋਚਿਆ ਕਰੋ ਕਿ ਮੈਂ ਕੀ ਕਰ ਸਕਦਾ ਲਾਈਫ ਵਿੱਚ ਕਿ ਮੈਨੂੰ ਵੀ ਯਾਰ ਲੋਕ ਕੋਈ ਕਵੇ ਹਾਂ ਬਈ ਤੂੰ ਕੋਈ ਚੰਗਾ ਕੰਮ ਕੀਤਾ ਜੇ ਤੁਸੀਂ ਇਹੋ ਹੀ ਕੰਮ ਕੀਤਾ ਮਤਲਬ ਬੇੜਾ ਹੀ ਕਰਕ ਕੀਤਾ ਆਪਣੇ ਜਿਹੜੇ ਪ੍ਰੋਫੈਸ਼ਨ ਦਾ ਵੀ ਨਹੀਂ ਤੁਸੀਂ ਸੱਚ ਬੋਲਿਆ ਤੇ ਤੁਹਾਡੇ ਦਾ ਵੀ ਵੇਖ ਲਓਗੇ ਜਦੋਂ ਤੁਸੀਂ ਵੱਡੀ ਉਮਰ ਤੇ ਹੋਗੇ ਨਾ ਤੁਸੀਂ ਆਪਣੇ ਆਪ ਨਾਲ ਖੁਸ਼ ਹੋਣਾ ਨਾ ਤੁਹਾਡੇ ਘਰ ਦੇ ਤੁਹਾਡੇ ਤੇ ਪ੍ਰਾਊਡ ਹੋ ਸਕਦੇ ਆ ਬਾਕੀ ਨਵਰੀਜੀ ਕੋਈ ਲਾਸਟ ਵਰਡਸ ਤੁਹਾਡੇ ਵੱਲੋਂ ਐਨ ਆਰ ਆਈਸ ਨੂੰ ਅਮਰੀਕਾ ਕੈਨੇਡਾ ਸੋ ਬਾਈ ਤੁਸੀਂ ਬਹੁਤ ਔਖੇ ਹੋ ਕੇ ਕਮਾਉਣੇ ਹੋ ਤੇ ਬਹੁਤ ਧਿਆਨ ਦੇ ਨਾਲ ਭੇਜੋ ਜਿਹੜੀ ਵੀ ਸੰਸਥਾ ਤੁਸੀਂ ਚੁਣਨੀ ਆ ਤੇ ਇਹ ਗੱਲ ਦਾ ਵੀ ਖਿਆਲ ਰੱਖ ਲਿਆ ਕਰੋ ਕਿ ਅਸੀਂ ਪੰਜਾਬ ਵਾਲਿਆਂ ਨੂੰ ਕੀ ਚਾਹੀਦਾ ਤੁਸੀਂ ਬਾਹਰ ਬੈਠੇ ਹੋ ਬਹੁਤ ਸੋਹਣੇ ਮੁਲਕ ਆ ਤੁਹਾਡੇ ਆਰ ਐਂਡ ਆਫ ਦਿ ਡੇ ਮੈਟਰ ਇਹ ਵੀ ਕਰੂਗਾ ਕਿ ਸਾਨੂੰ ਕੀ ਚਾਹੀਦਾ ਸਾਡੇ ਲਈ ਜਿਹੜੀਆਂ ਸੰਸਥਾਵਾਂ ਇੱਥੇ ਪੰਜਾਬ ਦੀ ਸੁੱਖ ਮੰਗਦੀਆਂ ਸ਼ਾਂਤੀ ਮੰਗਦੀਆਂ ਉਮੀਦਾਂ ਦੇ ਸੂਰਜ ਚੜਾਉਣਾ ਚਾਹੁੰਦੀਆਂ ਪੰਜਾਬ ਦੇ ਬੱਚੇ ਵਧੀਆ ਪੜ੍ਹਨ ਇਹੋ ਜਿਹੇ ਸੁਪਨੇ ਦੇਖਦੀਆਂ ਉਹਨਾਂ ਦੇ ਲਈ ਕੋਈ ਪੈਸੇ ਭੇਜੋ ਮੈਂ ਤਾਂ ਹੱਕ 'ਚ ਨਹੀਂ ਕਿ ਤੁਸੀਂ ਬਿਨਾਂ ਸੋਚੇ ਸਮਝੇ ਭੇਜੋ ਬਹੁਤ ਧਿਆਨ ਦੇ ਨਾਲ ਭੇਜੋ ਮੈਂ ਤਾਂ ਇਹੀ ਕਹੂੰਗਾ ਬਾਕੀ ਮਰਜ਼ੀ ਤੁਹਾਡੀ ਆ ਬਾਈ ਕਣ ਰੋਗ ਵਿਗਣ ਸਕਦਾ ਨਹੀਂ ਨਹੀਂ ਸਹੀ ਹੈ ਬਾਕੀ ਭਾਈ ਮੈਂ ਫਿਰ ਦੱਸਦਾ ਨਵਰੀਤ ਬਾਈ ਦਾ ਚੈਨਲ ਆ ਅਖਰ ਮੈਨੂੰ ਲੱਗਦਾ ਸਾਰਾ ਕੋਈ ਵੀ ਐਸਾ ਬੰਦਾ ਨਹੀਂ ਹੋਊਗਾ ਜਿਹਨੂੰ ਨਹੀਂ ਪਤਾ ਉਹਦੇ ਬਾਰੇ ਤੇ ਆਪਾਂ ਨਾ ਕਈ ਵਾਰੀ ਚੀਜ਼ ਪ੍ਰਮੋਟ ਕਰਦੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਹੁਣ ਮੈਂ ਇੱਥੇ ਆਇਆ ਮੈਂ ਬਾਈ ਨੂੰ ਮਿਲਿਆ ਹੁਣ ਦੋ ਤਿੰਨ ਮਹੀਨੇ ਦੋ ਮਹੀਨੇ ਤੋਂ ਵੱਧ ਹੋ ਗਿਆ ਸੋ ਉਹਨਾਂ ਦਾ ਕੰਮ ਵੇਖਿਆ ਤੇ ਵਾਕਿਆ ਹੀ ਮੈਂ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦਾ ਤੇ ਪ੍ਰਮੋਟ ਤੁਹਾਡੇ ਅੱਗੇ ਕਰਨਾ ਸੋ ਬਾਈ ਦਾ ਚੈਨਲ ਜਰੂਰ ਵੇਖੋ ਜੇ ਤੁਸੀਂ ਅਪ ਟੂ ਡੇਟ ਰਹਿਣਾ ਹੈ ਜੋ ਸੰਘਰਸ਼ ਵਿੱਚ ਹੋ ਰਿਹਾ ਇਦਾਂ ਹੀ ਪ੍ਰਦੀਪ ਬਾਈ ਜੀ ਦਾ ਚੈਨਲ ਆ ਉਹਨੂੰ ਵੀ ਜਰੂਰ ਤੁਸੀਂ ਲਾਈਕ ਕਰੋ ਉਹਨੂੰ ਸਪੋਰਟ ਕਰੋ ਮੁਸਾਫਰ ਨਿਊਜ਼ YouTube ਤੇ ਪੰਜਾਬ ਦੀ ਗੱਲ ਕਰਦੇ ਆ ਹਰਿਆਣੇ ਦੀ ਗੱਲ ਕਰਦੇ ਆ ਭਾਈਚਾਰੇ ਦੀ ਗੱਲ ਕਰਦੇ ਆ ਆ ਮਿਲਦੇ ਆ ਕੱਲ ਇਹ ਸ਼ੋ ਰੋਜ਼ ਪਲੇ ਹੋਊਗਾ ਅੱਜ ਤੇ ਚਲੋ ਰੋਡ ਟੂ ਮੈਡੀਸਨ ਹੋ ਗਿਆ ਪਰ ਆਪਣਾ ਰੈਵੋਲੂਸ਼ਨਰੀ ਰੋਡ ਆ ਜਿਹੜੀ ਲੈਕਚਰ ਸੀਰੀਜ਼ ਆ ਉਹ ਵੀ ਇਦਾਂ ਹੀ ਚੱਲਦੀ ਰਹੂਗੀ ਵੈਗੁਰ ਜੀ ਦਾ ਖਾਲਸਾ ਵਾਹਿਗੁਰੂ ਖਾਤੇ ਜੈ ਹਿੰਦ ਇਨਕਲਾਬ ਜ਼ਿੰਦਾਬਾਦ